ਦੱਸ ਉਹਨਾਂ ਨੂੰ ਪਰਾਉਣਾ ਤੁਹਾਡਾ ਫੇਰ ਆ ਗਿਆ। ਹੈਲੋ ਜੀ, ਅਸਲਾਮ ਵਾਲੇਕੁਮ, ਕੀ ਹਾਲ ਚਾਲ ਸਾਰੇ ਭਰਾਵਾਂ ਦਾ? ਠੀਕ ਠਾਕ ਹੋ ਨਾ? ਟਿੱਟੋ ਪਾਟੀ ਲਾ ਰਹੇ ਹੋ ਜਨਾਬ? 2-4 ਹਜ਼ਾਰ ਸਾਲ ਦੇ ਬਾਅਦ ਮੈਨੂੰ ਯਾਦ ਆ ਗਿਆ ਕਿ ਮੈਂ ਇੱਕ ਬੜਾ ਨਾ ਜਜ਼ਬਾਤੀ ਹੋ ਕੇ ਚੈਨਲ ਬਣਾਇਆ ਸੀ, ਅਤੇ ਉਹ ਅਸਲ 'ਚ ਨਾ ਚੈਨਲ ਦਾ ਕੋਈ ਮਸਲਾ ਹੋ ਗਿਆ ਸੀ, ਮਤਲਬ ਕੋਈ ਇੱਕ ਦੋ ਮੇਲਾ ਮੂਲਾ ਆਈਆਂ ਸਨ, ਮੈਂ ਗੌਰ ਹੀ ਨਹੀਂ ਕੀਤਾ, ਮੈਂ ਜਜ਼ਬਾਤੀ ਹੋ ਕੇ ਨਾ ਵੀਡੀਓ ਬਣਾ ਰਿਹਾ ਸਾਂ। ਖੈਰ ਗੱਲ ਮੁਕਤ ਸਰ, ਇਹ ਵੀ ਫਿਲਹਾਲ ਅਸੀਂ ਚੱਲੇ ਹਾਂ ਲੈਲਪੁਰ ਗਲਹਿਰੀਆਂ, ਅਤੇ ਉੱਥੇ ਜਾ ਕੇ ਤੁਹਾਨੂੰ ਉਹਨਾਂ ਦਾ ਵੀ ਬਾਰ ਬਾਰ ਸ਼ੂਟ ਵਹਾਵਾਂਗੇ ਗਲਹਿਰੀਆਂ ਦਾ। ਅਤੇ ਦੂਸਰਾ ਗੱਲ ਇਹ ਵੀ ਸੁਲਮਾਨ ਗੁੱਲ ਦਾ ਇੰਤਜ਼ਾਰ ਹੋ ਰਿਹਾ, ਗੁੱਲ ਸਾਹਿਬ ਅਜੇ ਨਹੀਂ ਆਏ, ਅਤੇ ਮੈਂ ਕਿਹਾ ਉਨੀ ਦੇਰ ਆਪਣਾ ਵਲੋਗ ਸ਼ੁਰੂ ਕਰ ਲਈਏ ਜਿਹੜੇ 2-3 ਹਜ਼ਾਰ ਸਾਲ ਬਾਅਦ ਮੈਨੂੰ ਯਾਦ ਆ ਗਿਆ। ਖੈਰ ਆਪਣੀ ਕਟਿੰਗ ਕਰਾਈ ਹੈਗੀ ਹੈ ਜੀ ਛਪਾਟੇ ਮਾਹੌਲ ਦੀ, ਅਤੇ ਮੈਂ ਕੁਈਟ ਲੱਗ ਰਿਹਾ ਕਟਿੰਗ ਤੋਂ ਬਾਅਦ। ਗੱਡੀ ਵਾਲਾ ਕਿਹੜਾ, ਕੌਣ ਹੈ ਵੇ? ਅੱਛਾ ਜਨਾਬ, ਸੁਲਮਾਨ ਨੇ ਇੱਕ ਦੋ ਨਾ ਚੀਜ਼ਾਂ ਲੈਣੀਆਂ ਨੇ, ਅਤੇ ਮਤਲਬ ਸ਼ੋਪਿੰਗ ਕਰਨੀ, ਉਹਦਾ ਇੱਕ ਬਲੇਜ਼ਰ ਬਾਹਰ ਹੁੰਦਾ ਹੈ ਅਤੇ ਉਹਦੇ ਵਾਸਤੇ ਕੁਛ ਕਰਨੀ, ਕੁਛ ਉਹਨੇ ਆਪਣੇ ਵਾਸਤੇ ਸ਼ੋਪਿੰਗ ਕਰਨੀ ਹੈ, ਦੋ ਕੰਮ ਜ਼ਰੂਰੀ ਮੈਨੂੰ ਨੇ, ਉਹ ਵੀ ਤੁਹਾਨੂੰ ਜਾਵਾਂਗੇ ਅਤੇ ਵਹਾਵਾਂਗੇ, ਅਤੇ ਉਸ ਤੋਂ ਬਾਅਦ ਫਿਰ ਅੱਗੇ ਜਿੱਥੇ ਜਿੱਥੇ ਜਾਵਾਂਗੇ ਤੁਹਾਨੂੰ ਵਹਾਵਾਂਗੇ ਕੀ ਸੂਟ 'ਤੇ ਆ ਲੈ, ਕਿਉਂਕਿ ਹਜੇ ਮੈਨੂੰ ਆਪ ਨਹੀਂ ਪਤਾ। ਉਹ ਗੋਲੀ ਆ ਗਈ, ਗੋਲੀ, ਉਹ ਸੁਲਮਾਨ ਗੋਲੀ ਆ ਰਿਹਾ, ਅੱਧੇ ਘੰਟੇ ਦਾ ਮੈਨੂੰ ਕਹਿ ਰਿਹਾ, ਮੈਂ ਆ ਗਿਆ, ਬਸ ਆ ਗਿਆ, ਬਸ ਆ ਗਿਆ, ਬਸ ਉਹ ਗੋਲੀ, ਉਹ ਗੋਲੀ ਆ ਗਈ, ਗੋਲੀ, ਉਹ ਗੋਲੀ ਆ ਗਈ। ਮੈਂ ਗੋਲੀ ਦਾ ਵਲੋਗ ਬਣਾ ਲਈ, ਅੱਜ ਵਲੋਗ ਨਹੀਂ ਬਣਾਉਣਾ ਗੋਲੀ ਦਾ। ਸੁਣਾਓ ਖਾਨ ਭਾਈ, ਕੈਸੇ ਹੋ, ਠੀਕ ਹੋ? ਉਹ ਟਰੈਕਟਰ ਆ ਗਿਆ, ਉਹਨੂੰ ਆਵਾਜ਼ ਨਹੀਂ ਨਾ ਆਉਣੀ ਸਹੀ, ਲੰਘ ਲਵੇ ਟਰੈਕਟਰ ਸਾਹਿਬ, ਜ਼ਿੰਦਾਬਾਦ। ਮੁੰਡਾ ਯੂਟਿਊਬਰ ਹੈ ਨਾ, ਮੁੰਡਾ ਯੂਟਿਊਬਰ ਹੈ ਨਹੀਂ ਖਾਨ ਭਾਈ, ਕਦੀ ਕਦੀ ਵੀਡੀਓ ਬਣਾ ਲੈਂਦਾ ਮੈਂ ਆਪਣੇ ਸ਼ੁਗਲ ਸ਼ੁਗਲ ਦੀ, ਅੱਜ ਵੀ ਮੈਂ ਇਹਨਾਂ ਨੇ ਚੱਲਾਂ ਕਿਤੇ ਕੋਈ ਸ਼ੁਗਰ ਲੱਗਣਾ ਤਦ ਕਰਕੇ ਚੈਨਲ ਵੀ ਦੇਖ ਜਾਂਦੇ ਹਾਂ। ਹੋਰ ਦੱਸੋ। ਲਓ ਜੀ, ਕਿੱਥੇ ਗਿਆ ਖਾਨ ਜੀ? ਨਾ ਪਾਲਿਸ਼ ਵੀ ਮਾਰ ਦੇ, ਮੇਰਾ ਦਿਮਾਗ ਫੁੱਲ ਖਰਾਬ ਹੈ ਹੁਣ, ਪਾਲਿਸ਼ ਵੀ ਮਾਰ ਦੇ। ਲਓ ਖਾਨ ਭਾਈ, ਆਹ ਵੇਖੋ ਆ ਗਿਆ ਜੀ, ਤੁਸੀਂ ਇਹਨੂੰ ਚਲਾ ਕੇ ਅਤੇ ਇੱਥੋਂ ਆਹ ਵੀ ਕਰ ਦਿਓ ਕਿ ਮੈਂ ਆਪ ਹੀ ਕਰਦਾ। ਇਹ ਠੀਕ ਹੈ ਖਾਨ ਭਾਈ, ਸ਼ੁਕਰੀਆ ਜੀ। ਹੈਲੋ ਖਾਨ ਭਾਈ, ਫਿਰ ਹੁਣ ਤੁਸੀਂ ਵੇਖ ਲਿਓ, ਫਿਲਹਾਲ ਆਵਾਜ਼ ਨਹੀਂ ਆਉਣੀ, ਪਤਾ ਨਹੀਂ ਲੱਗਣਾ, ਲੇਕਿਨ ਤੁਸੀਂ ਵੇਖ ਲਿਓ, ਠੀਕ ਹੈ? ਗੋਲੀ ਨੰਬਰ 2 ਨੂੰ ਕਰ ਯਾਰ, ਸਾਨੂੰ ਤਾਂ ਸਾਰੀਆਂ ਗੋਲੀਆਂ ਟੱਕਰੀਆਂ, ਸਭ ਤੋਂ ਵੱਡੀ ਗੋਲੀ। ਲਓ ਜੀ, ਆਪਣਾ ਸਫ਼ਰ ਹੋ ਗਿਆ ਸ਼ੁਰੂ, ਅਤੇ ਮੁੰਡਾ ਕਹਿ ਰਿਹਾ ਜਨਾਬ ਗਰਮ ਸ਼ਾਵਾਂ ਖਾਣ ਨਾਲ ਮੇਰਾ ਮੇਦੇ ਨੂੰ ਕੁਛ ਹੋਈ ਜਾਂਦਾ। ਉਹ ਭਾਈ, ਮੇਦੇ ਨਵੇਂ ਪਾਈ ਜਾਂਦੇ ਨੇ, ਜਾਣਾ ਬੜੀ ਤਰੱਕੀ ਕਰ ਗਿਆ। ਆਪਣਾ ਸਫ਼ਰ ਸ਼ੁਰੂ ਕੀ ਕਰਨਾ, ਪਹਿਲਾਂ ਮਾੜੇ ਬੰਦੇ ਦੀ ਜੁੱਤੀ ਟੁੱਟ ਗਈ ਹੈ, ਅਤੇ ਹੁਣ ਜੇ ਸਫ਼ਰ ਸ਼ੁਰੂ ਹੋਇਆ ਸੀ ਅਤੇ ਨਾਲ ਪੈਟਰੋਲ ਮੁੱਕ ਗਿਆ। ਕੁਵੀਟ ਬੱਚੇ ਲੱਗ ਰਿਹਾ ਵਿੱਚ, ਕਿਆ ਵਾ, ਕੁਵੀਟ ਬੱਚਾ, ਕੁਵੀਟ ਬੱਚਾ, ਓਏ ਅੱਗੇ ਓਕੇ ਇੱਕ ਕਹਿ ਦਿੱਤਾ ਯਾਰ, ਵੇਖ ਲੈ ਯਾਰ, ਤੂੰ ਲਾ ਕੇ ਮੁੰਡੇ 'ਤੇ ਰੱਖ ਛੱਡੀ ਯਾਰ ਸ਼ਾਇਦ। ਗਲਹਿਰੀਆਂ ਇਜ਼ ਹੇਅਰ, ਦਿਸ ਇਜ਼ ਦਾ ਗਲਹਿਰੀਆਂ। ਹਾਂਜੀ ਚਲੀਏ ਗਲਹਿਰੀਆਂ, ਉਹ ਗਲਹਿਰੀਆਂ ਸਹੀ ਹੈ, ਲੈਣਾ ਵੀ ਆ ਕਿ ਨਹੀਂ, ਐਵੇਂ ਗੱਲਾਂ ਹੀ ਨੇ। ਬੇਹੋਸ਼ ਬਲੈਕ ਵਾਲੀ,
ਗੱਲਾਂ ਸੁਣੋ ਮੇਰੇ ਨਾਲ ਦਿਆਂ ਦੀਆਂ, ਲੈਣੀ ਇੱਕ ਸ਼ਹਿ ਨਹੀਂ, ਅਸੀਂ ਲੈਣ ਆਏ ਹਾਂ ਸ਼ਲਟਾਂ ਪੈਂਟਾਂ ਅਤੇ ਐਨਕਾਂ ਵੇਖੀ ਜਾ ਰਹੇ ਨੇ, ਕਦੀ ਪਰਫਿਊਮਾਂ ਵੇਖੀ ਜਾ ਰਹੇ ਨੇ, ਐਵੇਂ ਬਸ ਟੀਟੋ ਪਾਰਟੀਆਂ ਲਾਈ ਜਾ ਰਹੇ ਨੇ ਭੋਲੇ ਵਾਲੀਆਂ। ਉਹ ਮੈਨੂੰ ਨਾ ਕਹਾਵਤ ਯਾਦ ਆ ਗਈ ਹੈ, ਸਿਆਣਿਆਂ ਦੇ ਹੁੰਦੇ ਹੈ ਬਾਂਦਰ ਹੱਥ ਬੰਦੂਕ ਆਈ ਅਤੇ ਠਾ ਠਾ, ਅਤੇ ਬਾਂਦਰ ਮਾਲ 'ਚ ਵੜ ਗਿਆ, ਨਹੀਂ ਤਾਂ ਠਾ 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 ਕਰੀ ਜਾਂਦਾ। ਉਹੀ ਗੱਲ ਹੋਈ ਹੈ ਨਾ, ਲਈ ਇੱਕ ਚੀਜ਼ ਨਹੀਂ, ਜਿਵੇਂ ਅਸੀਂ ਘੜੀਆਂ ਵੇਖਣ ਡੇ ਸਾਂ, ਕਦੀ ਕੋਈ ਚੀਜ਼ ਕੋਈ ਚੀਜ਼, ਇੱਕ ਚੀਜ਼ ਨਹੀਂ ਲਈ ਹੈ। ਅਤੇ ਮੈਂ ਇੱਥੇ ਗੱਲਾਂ ਕਰਦਾ ਇਹ ਆਉਣ ਡਿਆ ਮੈਂ ਬੜੇ ਕੌਨਫੀਡੈਂਸ ਦੇ ਨਾਲ, ਇਹ ਦੁਆ ਕਰ ਸਾਡੀ ਵੀਡੀਓ 'ਚ ਹੀ ਬਣ ਜੇ, ਮੈਂ ਕਿ ਜਾਂਦੇ ਵੀਡੀਓ 'ਤੇ ਬਣਾਈਏ, ਇਹ ਹੀ ਸਾਨੂੰ ਬਚਣਾ ਫਿਰ। ਚਲੋ ਕੋਈ ਚੀਜ਼ ਨਹੀਂ ਲਈ, ਲੇਕਿਨ ਘੁੰਮੇ ਫਿਰੇ ਤਾਂ ਆਇਆ ਨਾ, ਬਹਰਹਾਲ ਘੁੰਮ ਫਿਰ ਕੇ ਸਾਨੂੰ ਲੱਗ ਗਈ ਹੈ ਭੁੱਖ, ਅਤੇ ਸਭ ਤੋਂ ਪਹਿਲਾਂ ਕੋਈ ਚੀਜ਼ ਖਾ ਲਈਏ, ਕਿਉਂਕਿ ਖਾਣ ਪੀਣ ਬੜਾ ਜ਼ਰੂਰੀ ਹੈ ਜੀ, ਕੋਈ ਚੀਜ਼ ਲਵੋ ਨਾ ਲਵੋ, ਖਾਣ ਪੀਣ ਨਹੀਂ ਰੁਕਣਾ ਚਾਹੀਦਾ ਆਪਣਾ। ਅੱਛਾ ਤੇ ਚੱਲ, ਅਸਲਾਮ ਬਾਈ ਜੀ, ਨਾਂਟੀ ਕੀ ਖਾਣ ਆਇਆ ਤੇ ਸਲਮਾਨ ਸਾਹਿਬ ਲੁਲ 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 ਕਰੀ ਜਾ, ਕਿਉਂ ਲੁਲ ਲੁਲ ਲੁ ਕਰਨਾ, ਦੱਸ ਯਾਰ ਡਾਂਡਿਆ, ਮੈਂ ਡਾਂਡਿਆ ਕਿੰਨਾ ਟਾਈਮ ਹੈ ਸਤਾਰ ਜੀ, ਇੱਕ ਤਾਂ ਮੈਂ ਪਫ ਬੜਾ ਵੱਡਾ ਰੱਖ ਬੈਠਾ ਵਾਂ, ਜਦੋਂ ਮੋਟਰਸਾਈਕਲ ਇੰਨੀ ਜ਼ਿਆਦਾ ਖਰਾਬ ਹੋ ਜਾਂਦਾ ਨਹੀਂ ਆਉਂਦੀ ਗਾਲ, ਮੈਂ ਘਰ ਬੜਾ ਜ਼ਰੂਰੀ ਕੰਮ ਨਿਕਲਿਆ। ਸਿਗਰਟ ਦੇ ਰੇ ਵੇਖ ਲੈ ਕੁਵੀਟ ਬੱਚਾ, ਓਏ ਚੱਲ ਚੱਲੀਏ ਫੜ, ਇੱਕ ਮੇਰਾ ਸਭ ਬਰਾਬਰ, ਉਹ ਕੱਢ ਲੈਣੀ ਵਾਪਸ ਰੱਖ ਕੇ, ਮੈਂ ਨਹੀਂ ਪੀਂਦਾ, ਨਹੀਂ ਨਹੀਂ ਬਾਅਦ ਚੋ ਬਾਅਦ ਚ, ਚੱਲ ਚੱਲਿਓ ਯਾਰ ਬਹੁਤ ਦੂਰੋਂ, ਚਲੋ ਚੱਲੀਏ ਜੀ, ਨਾਸ਼ਤਾ ਜਿਹੜਾ ਕਰਨਾ ਸੀ ਕਰ ਲਿਆ, ਹੁਣ ਚੱਲੀਏ। ਵੈਸੇ ਚਿੱਟੇ ਕਿਹੜਾ ਨਾਸ਼ਤਾ ਜਿਹੜਾ ਸ਼ਾਮੀ 4 ਵਜੇ ਕੀਤਾ? ਹਾਂਜੀ ਬਾਈ ਜੀ, ਕੀ ਕਹਿ ਰਹੇ ਹੁਣ ਭਾਈ ਜੀ? ਚਿੱਟਾ ਨਾਲ ਹੀ ਕੰਮ, ਹਾਂ ਮਾਈ ਕਹਿੰਦੀ ਮੰਗਣ ਵਾਲੀ, ਕਹਿੰਦੀ ਉੱਚੀ ਬੋਲ ਜਰਾ, ਮਾਈ ਮੰਗਣ ਵਾਲੀ ਕਹਿੰਦੀ ਮੇਰੀਆਂ ਦੋ ਧੀਆਂ ਜਵਾਨ, ਮੈਨੂੰ ਕੁਛ ਦੇ, ਮੈਂ ਕਿਹਾ ਮੇਰੇ ਦੋ ਮੁੰਡੇ ਜਵਾਨ ਨੇ, ਨਹੀਂ ਨਹੀਂ ਮੈਂ ਘੁਮਾਤਾ ਭਾਈ, ਇੱਕ ਆਏ ਇੱਕ ਪਤਾ ਨਹੀਂ ਆਏ, ਯੱਕਾ ਸਾਲਾ ਯਾਰ, ਰਜਨੀ ਤੈਨੂੰ ਕਹਿਣਾ ਚਾਹੀਦਾ ਅਸਤਗਫਿਰੁੱਲਾਹ, ਗਲਤ ਰਿਸ਼ਤਾ ਕਰਾਉਣਾ ਹੈ ਤੁਹਾਡਾ ਮੀਆਂ ਜੀ, ਸ਼ੁਰੂ ਕੀਤੀ ਆਪਣੀ ਤੁਸੀਂ, ਲਓ ਜੀ ਮੀਆਂ ਜੀ ਅੱਜ ਸ਼ੋਪਿੰਗ ਕਰਨ ਆਏ ਹੈ। ਸ਼ੋਪਿੰਗ ਤਾਂ ਵੈਸੇ ਸਲਮਾਨ ਕਰਨ ਗਿਆ ਸੀ, ਲੇਕਿਨ ਮੈਂ ਕਿਹਾ ਚਲੋ ਮੈਂ ਵੀ ਆਇਆ ਤਾਂ ਹੈ ਹੀ ਹਾਂ, ਕੋਈ ਸ਼ਲਟ ਵੇਖ ਲਾਂ, ਲੇਕਿਨ ਅੱਜ ਤੱਕ ਮੈਨੂੰ ਜ਼ਰਾ ਪਿਆਰਾ ਲੱਗਾ ਸੀ, ਮੈਂ ਕਿਹਾ ਚਲੋ ਟਰਾਈ ਕਰਕੇ ਵੇਖਣਾ ਨਾ ਕਿ ਕੈਸੀ ਲੱਗੀ ਹੈ ਸ਼ਲਟ, ਜੇ ਪਿਆਰੀ ਲੱਗੀ ਤਾਂ ਫਿਰ ਛੱਡ ਜਾਵਾਂਗੇ, ਫਿਰ ਆ ਹੀ ਹੋ ਸਕਦਾ। ਵੈਸੇ ਮਜ਼ਾਕ ਤੋਂ ਇਲਾਵਾ ਸ਼ਰਟ ਤਾਂ ਮੈਨੂੰ ਵੈਸੇ ਪਰਸਨਲੀ ਕਲਰ ਵੀ ਅਤੇ ਵੈਸੇ ਵੀ ਸ਼ਰਟ ਮੈਨੂੰ ਪਿਆਰੀ ਲੱਗੀ ਸੀ, ਲੇਕਿਨ ਮੈਂ ਫਿਰ ਵੀ ਨਹੀਂ ਲਈ, ਮੈਂ ਕਿਹਾ ਫਿਰ ਕਦੀ ਲਾਂਗੇ, ਦਰਅਸਲ ਪਿਆਰੀ ਸੀ ਲੇਕਿਨ ਬਹੁਤ ਜ਼ਿਆਦਾ ਮੇਰੇ ਦਿਲ ਨੂੰ ਨਹੀਂ ਸੀ ਲੱਗੀ, ਮੈਂ ਕਿਹਾ ਕਦੀ ਫਿਰ ਸਹੀ। ਸਾਰਾ ਕੁਛ ਹੀ ਪੈਕ ਕਰ ਦਿਓ, ਆਹਾਂ ਪੁੱਤਰ ਇੱਧਰ ਗਾਂ ਨਾ, ਤੇਰਾ ਬੜਾ ਨਾਂ ਸੁਣਿਆ, ਗਾਂ ਗਾਂ ਗਾਂ, ਤੈਨੂੰ ਲੱਗੇ ਪਤਾ, ਬਣਾ ਭਾਈ ਕਿੰਨੇ ਲੱਖ ਬਣਦਾ ਤੇਰਾ, ਮੈਨੂੰ ਸੈਂਡ ਕਰਾਂ ਵੀਡੀਓ, ਕੀ ਚੰਨ ਚਾੜ ਦਿੱਤਾ ਇੱਧਰ, ਇੱਕ ਦੋ ਭਾਈ ਨੇ ਕਹਿ ਦੇਣਾ ਫਿਕਸ ਪ੍ਰਾਈਸ ਕਹਿ ਦੋ, ਮੈਨੂੰ ਪਹਿਲਾਂ ਹੀ ਪਤਾ, ਮੈਨੂੰ ਪਹਿਲੇ ਮੈਂ ਉਹ ਪੜ੍ਹਿਆ ਵੇਖ ਲਿਆ ਲਿਖਿਆ, ਚਲੋ
ਬਾਲਣ ਰਹਿ ਗਿਆ ਸੀ, ਉਹ ਬਾਲਣ ਰਹਿ ਨਹੀਂ ਜਾਣੀ, ਮੇਰੇ ਸ਼ਰਤ ਲਾ ਲਓ, ਸ਼ਰਤ ਲਾ ਲਓ ਨਹੀਂ ਜਾਣੀ, ਉਹ ਭੈਣ ਓ ਬਾਲਣ ਨਾ ਚੜਿਆ, ਓ ਬਾਲ ਭਾਈ ਕਹਿ ਰਹੇ ਨੇ ਗੱਡੀਆਂ ਆਉਂਦੀਆਂ ਯਾਰ ਪਿੱਛੇ ਹੋ ਜਾਓ, ਉਹ ਬਾਲਣ ਚੜ ਗਿਆ ਜੇ, ਮੁਬਾਰਕਾਂ ਮੈਂ ਪੈਰ ਲਾਉਣ ਡਿਆ ਥੱਲੋਂ, ਉਹ ਮੁਬਾਰਕਾਂ ਚੜ ਗਿਆ ਜੀ ਬਾਲਣ, ਉਹ ਜੈਬਰੇ ਉਹ ਬਾਲਣ ਚੜ ਗਿਆ, ਨਹੀਂ 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 ਭਾਈ ਬਾਲਣ ਇੱਕ ਇੱਕ ਵਾਰੀ ਹੁੰਦਾ ਹੈ ਜਿੱਧਰ ਤੁਹਾਡਾ ਦਿਲ ਕਰਦਾ, ਥੱਕ ਗਏ ਹਾਂ ਯਾਰ। ਸਲਮਾਨ ਸਾਹਿਬ ਕੋਈ ਗੱਲ ਮੁਕਾ ਦਿਓ ਤੁਸੀਂ ਵੀ, ਨਹੀਂ ਹੁਣ ਕੀ ਲੈਣਾ ਸ਼ੂਜ਼ ਕਿ ਖੇੜੀ, ਆਹ ਸ਼ੂਜ਼ ਜੀ ਮੈਨੂੰ ਪਸੰਦ ਆਏ ਨੇ, ਆਹ ਵੇਖੋ ਜੀ ਵੱਡੀਆਂ ਸੇਲਾਂ, ਮੇਰਾ ਮਤਲਬ ਇਹ ਕਿੱਥੇ ਗਏ ਸ਼ੂਜ਼, ਇੱਥੇ ਹੋਣਾ ਵੇਖਿਆ ਯਾਰ, ਇੱਕ ਕਾਫੀ ਠੀਕ ਸੀ ਅਤੇ ਇੱਕ ਚਿੱਟੇ ਸ਼ੂਜ਼ ਕਿੱਥੇ ਰੱਖਿਆ ਜੀ ਯਾਰ, ਵੀਡੀਓ ਦੇ ਚੱਕਰਾਂ 'ਚ ਮੈਨੂੰ ਸ਼ੂਜ਼ ਹੀ ਭੁੱਲ ਗਿਆ ਕਿੱਥੇ ਪਿਆ, ਇੱਥੇ ਕਿਤੇ ਸੀ ਕੋਈ ਲੱਭ ਗਿਆ ਤਾਂ ਫਿਰ ਤੁਹਾਨੂੰ ਬਹਾਨਾ, ਖੈਰ ਲਓ ਜੀ ਹੁਣ ਅਸੀਂ ਜਾ ਰਹੇ ਹਾਂ ਘਰ, ਅਤੇ ਆਪਾਂ ਇਸ਼ਾਰੇ 'ਤੇ ਖਲੋਤੇ ਹਾਂ ਅਤੇ ਕੰਮ ਗਿਆ ਮੁੱਕ। ਸਲਮਾਨ ਸਾਹਿਬ ਦੋ ਸ਼ਾਵਾਂ ਰਹਿ ਗਈਆਂ, ਉਹ ਤਰੈ 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 ਤਿੰਨ ਚੀਜ਼ਾਂ ਰਹਿ ਗਈਆਂ ਜੀ, ਉਹ ਫਿਰ ਤਾਂ ਗੱਲ ਪੈ ਗਈ, ਕਿਉਂ ਚਿੱਟਾ ਜੀ, ਚਲੋ ਚੱਲੀਏ ਫਿਰ ਤਾਂ ਮਤਲਬ ਕੱਲ੍ਹ 'ਤੇ, ਫਿਰ ਤਾਂ ਮਤਲਬ ਕੱਲ੍ਹ 'ਤੇ ਸਾਡਾ ਪਾਕਿਸਤਾਨ, ਪਾਕਿਸਤਾਨ ਦੀ ਖੂਬਸੂਰਤੀ ਅਤੇ ਰਸ਼, ਓਏ ਹੋਏ ਹੋ ਇੰਨੇ ਸੋਹਣੇ